ਅਸਲਾਮ ਵਾਲੇਕਮ ਜੀ ਸਾਰੇ ਭਾਈਆਂ ਵੀਰਾਂ ਦਾ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅੱਜ ਦਾ ਵਲਾਗ ਜੀ ਬੜਾ ਮਜ਼ੇਦਾਰ ਹੈ, ਕਿਉਂਕਿ ਸਾਡੇ ਜਿਹੜੇ ਕਾਰਖਾਨੇ ਕੰਮ ਕਰਦੇ ਹਨ ਨਾ, ਜਿਹੜੇ ਸਾਡੇ ਵਰਕਰ ਨੇ ਅਤੇ ਕੁਛ ਮੇਰੇ ਦੋਸਤ ਹਨ ਅਤੇ ਕੁਛ ਮੇਰੇ ਅੰਕਲ ਦੇ ਦੋਸਤ ਹਨ, ਅਸੀਂ ਸਾਰੇ ਰਲ ਕੇ ਨਾ ਟ੍ਰਿਪ 'ਤੇ ਗਏ ਹਾਂ ਅਤੇ ਕਾਫੀ ਮਜ਼ਾ ਆਈ ਅਤੇ ਤੁਸੀਂ ਵੀ ਵਿੱਚ ਵਿੱਚ ਵੇਖਿਓ, ਸਿਆਸਤ ਦੀਆਂ ਗੱਲਾਂ ਵੀ ਹੋਣਗੀਆਂ, ਸ਼ੁਗਲ ਮੇਲਾ ਵੀ ਲੱਗੇਗਾ, ਕਾਫੀ ਅਸੀਂ ਇੰਜੋਏ ਕੀਤਾ। ਮਾਸ਼ਾਅੱਲਾ ਜੀ, ਚਨੇ ਆ ਗਏ ਨੇ, ਇਹ ਦੇਸੀ ਘੀ ਵਾਲੇ ਆ। ਅੱਛਾ ਜੀ, ਰੋਟੀਆਂ ਵੀ ਆ ਚੁੱਕੀਆਂ, ਮੱਖਣ ਮਲਾਈ ਚਨੇ। ਮੇਰੇ ਅਸੀਂ ਕੀਮਾ ਦੀ ਪਲੇਟ ਮੰਗਵਾਈ, ਉਹ ਨਾਸ਼ਤਾ ਕਰ ਲਈਏ ਤੇ ਬਾਕੀ ਦਾ ਵਲਾਗ ਬਾਅਦ ਜੋ ਸ਼ੁਰੂ ਕਰਾਂਗੇ। ਐ ਜੀ, ਹੁਣ ਚਾਏ ਸ਼ਾਏ ਪੀਤੀ ਜਾ ਰਹੀ ਹੈ ਤੇ ਚਾਏ ਪੀ ਕੇ ਤੇ ਇਨਸ਼ਾਅੱਲਾ ਅਸੀਂ ਆਪਣੇ ਸਫ਼ਰ ਦਾ ਆਗਾਜ਼ ਫੇਰ ਕਰਾਂਗੇ। ਯਾਰ ਕਿਹਦਾ ਇੰਤਜ਼ਾਰ ਹੈ, ਘੰਟਾ ਤਾਂ ਹੋ ਗਏ ਆ। ਵਾਸ਼ਰੂਮ ਸੀ ਉਹ, ਤੈਨੂੰ ਹੁਣ ਯਾਦ ਆਇਆ ਵਾਸ਼ਰੂਮ ਤੋਂ ਜਾਣਾ, ਸਾਰੇ ਬਹਿ ਗਏ ਨੇ, ਤੇਰਾ ਇੰਤਜ਼ਾਰ ਹੋਣ ਡਿਆ ਵੇ, ਸਾਰੇ ਬਹਿ ਗਏ ਨੇ। ਖਾਣਾ ਖਾ ਕੇ ਕੈਸੀ ਐਨਰਜੀ ਆ ਗਈ ਇੰਨਾ। ਦੇਖਦਾ ਆਰਡਰ ਕਰਨ ਲੱਗੇ ਹੋ, ਰਸਤਾ ਬੜਾਏ ਮਰਦ ਹਜ਼ਰਾਤ। ਦੇਖੋ ਜੀ, ਤਲਾਸ਼ੀ ਲਈ ਜਾ ਰਹੀ ਹੈ, ਤਲਾਸ਼ੀ ਤੋਂ ਬਾਅਦ ਅਸੀਂ ਅੰਦਰ ਆ ਗਏ ਹਾਂ। ਮਾਸ਼ਾਅੱਲਾ ਬੜਾ ਪਿਆਰਾ ਗੁੰਬਦ ਨਜ਼ਰ ਆ ਰਿਹਾ, ਪਿੱਛੇ ਪਹਾੜ ਤੁਹਾਨੂੰ ਨਜ਼ਰ ਆਉਂਦੇ ਹੋਣੇ ਨੇ। ਪਹਿਲੀ ਵਾਰੀ ਜੀ ਬੜੀ ਮਾਮ ਆਏ ਆ, ਤੁਸੀਂ ਵੀ ਪਹਿਲੀ ਵਾਰੀ ਆਏ ਹੋ ਜੀ? ਸਹੀ, ਇਹ ਕਾਹਦੀਆਂ ਟੋਕਰੀਆਂ ਨੇ ਜੀ? ਅੱਛਾ ਅੱਛਾ, ਨਹੀਂ ਨਹੀਂ ਅੱਛੀ ਗੱਲ ਹੈ, ਜੁੱਤੀਆਂ ਰੱਖਣ ਵਾਸਤੇ ਖਰਾਬ ਖਲੋ ਜਾਂਦੇ ਆ, ਹੋ ਸਕਦਾ। ਚਲੋ ਦਸ ਰੁਪਏ ਕਮਾਨ ਲੱਗੇ, ਮਜ਼ਦੂਰ 1500 ਇੱਕ ਦੀ ਦਿਹਾੜੀ ਹੈ, ਟਾਈਮ ਵੇਖ ਤੇ ਕੰਮ ਵੇਖ, ਬਣੇਗੀ ਦਿਹਾੜੀ ਕਦੀ ਵੀ? ਚਲੋ ਜੀ, ਲਾਓ ਜੀ, ਲਾਈ ਜਾ ਰਿਹਾ। ਮਾਸ਼ਾਅੱਲਾ ਦਰਬਾਰ ਸ਼ਰੀਫ ਬਹੁਤ ਜ਼ਿਆਦਾ ਪਿਆਰਾ ਮਹਿਸੂਸ ਹੋ ਰਿਹਾ, ਬਾਕੀ ਅੰਦਰ ਚੱਲਦੇ ਹਾਂ, ਤੁਹਾਨੂੰ ਨਜ਼ਾਰੇ ਵਹਾਨੇ ਆ। ਕਬੂਤਰ। ਅੱਛਾ ਜੀ, ਹੁਣ ਥੋੜ੍ਹੇ ਜਿਹੇ ਵੇਖੋ ਪੱਖੇ ਛੱਖੇ ਲੱਗੇ ਨੇ ਛੱਤਾਂ 'ਤੇ, ਅਤੇ ਜ਼ਰਾ ਥੋੜ੍ਹਾ ਜਿਹਾ ਰੈਸਟ ਕਰ ਲਈਏ, ਠੀਕ ਹੋ ਗਿਆ ਅਤੇ ਫਿਰ ਦੁਬਾਰਾ ਗਾੜੀ ਹੈ ਜੂਨ ਕਿਸੇ ਹੋਰ ਜਗ੍ਹਾ ਜਾ। ਚੋਰ ਜੀ ਬਿਜਿਆਤੀ ਬਹੁਤ ਵਾਪਸੀ ਹੋਣਗੇ, ਬਹੁਤ ਅੱਛਾ ਟਾਈਮ ਗੁਜ਼ਰਿਆ ਮਾਸ਼ਾਅੱਲਾ, ਇੱਥੇ ਬਹੁਤ ਪਿਆਰਾ ਮਜ਼ਾਰ ਹੈ। ਚਲੋ ਜੀ ਚਲੀਏ, ਚਲੇ ਚਲੋ ਜੀ ਚਲੋ। ਬਹੁਤ ਜ਼ਿਆਦਾ ਧੂਪ ਵੀ ਲੱਗੀ ਅੱਜ ਮਲਕ ਸਾਹਿਬ। ਯਾਰ ਮਲਕ ਨੂੰ ਜਿਹੜਾ ਨਾ ਖਾਣ ਪੀਣ ਦੀਆਂ ਗੱਲਾਂ ਹਰ ਟਾਈਮ ਕਰਦਾ ਰਹਿੰਦਾ। ਇਹ ਜੀ ਅਸੀਂ ਜੁੱਤੀ ਆਪਣੀ ਲੈ ਲਈਏ, ਚਾਵਲ ਵੰਡੇ ਜਾ ਰਹੇ ਨੇ, ਵੰਡ ਘੱਦੇ ਨੇ ਚਾਚੂ ਜੀ। ਹਾਂਜੀ, ਵੰਡ ਛੱਡੇ ਨੇ, ਇੱਧਰ ਮਾਰੋ ਜੀ ਉਸਤਾਦ ਜੀ ਕਹਿੰਦੇ। ਹੁਣ ਤਾਂ ਵੰਡ ਘੱਦੇ ਨੇ ਨਾ। ਚਲੋ ਜੀ, ਅੱਛੀ ਗੱਲ, ਖਤਮ ਹੋ ਗਿਆ ਕੰਮ। ਚਾਵਲ ਲੈ, ਹਾਂਜੀ ਉਹ ਤਕਸੀਮ ਵੀ ਹੋ ਗਏ ਨੇ, ਤੇ ਮਲਕ ਸਾਹਿਬ ਵਾਸਤੇ ਰੱਖੇ ਜੇ ਕਿ ਨਹੀਂ? ਚਲੋ ਸਹੀ ਹੋ। ਇਹ ਜੀ ਹੁਣ ਇਮਾਮ ਬੜੀ ਤੁਹਾਡੀ ਵਾਪਸੀ ਹੋ ਗਈ ਹੈ ਫੈਸਲ ਮਸਜਿਦ, ਵੇਖੋ ਸਾਰੇ ਥੱਕ ਗਏ ਨੇ, ਫੁੱਲ ਸਾਰੇ ਬੋਤਲ ਸ਼ੋਤਲ ਪੀ ਰਹੇ ਨੇ, ਹੁਣ ਅਸੀਂ ਮਾਸ਼ਾਅੱਲਾ ਫੈਸਲ ਮਸਜਿਦ ਜਿਹੜਾ ਨਾ ਚੱਲੇ ਹਾਂ। ਉਹ ਕੀ ਹੋਇਆ? ਉਹ ਮਲਕ ਨੇ ਲੱਡੂ ਦਿੱਤਾ। ਜੀ ਅਸੀਂ ਆ ਗਏ ਹਾਂ ਫੈਸਲ ਮਸਜਿਦ, ਗੁੱਡ ਹੋ ਗਿਆ। ਚਲੋ ਜੀ ਉਤਰੋ ਸਾਰੇ,
ਫੈਸਲ ਮਸਜਿਦ ਦਾ ਬਹੁਤ ਓਪੀ ਨਜ਼ਾਰਾ ਹੈ। ਪਹਾੜ ਵੇਖੋ, ਗ੍ਰੀਨਰੀ ਚੈੱਕ ਕਰੋ ਯਾਰ। ਇਹ ਦੇਖੋ ਜੀ ਅੰਦਰ ਦਾ ਮਾਹੌਲ ਚੈੱਕ ਕਰੋ। ਤੇ ਸਾਡੇ ਜਿਹੜੇ ਵੱਡੇ ਵੱਡੇ ਨੇ ਨਾ, ਇਹ ਵੇਖੋ ਬੇਟੇ ਥੱਕ ਗਏ ਹਜੇ ਫੁੱਲ। ਨਹੀਂ ਮਜ਼ਾ ਆ ਰਿਹਾ, ਕੱਪੜਾ ਚੁੱਕ ਲਿਆ ਹਜੇ। ਉੱਧਰ ਜੀ ਧੂਪ ਹੈ ਮਲਕ ਸਾਹਿਬ, ਉੱਧਰ ਨਹੀਂ ਅਸੀਂ ਜਾ ਸਕਦੇ ਕਿਉਂਕਿ ਪੈਰ ਸੜ ਜਾਣੇ ਨੇ। ਚੈੱਕ ਕਰੋ ਜੀ ਕਿੰਨੀ ਉਚਾਈ ਆ ਦੀ। ਓਏ ਹੋਏ ਹੋ, ਮਲਕ ਸਾਹਿਬ ਦੇ ਸਟਾਈਲ ਵੇਖੋ ਜੀ, ਤਸਵੀਰਾਂ ਖਿੱਚੀਆਂ ਜਾ ਰਹੀਆਂ। ਵਾਹ ਜੀ ਵਾਹ। ਭਾ ਬੋਬੀ ਜੀ, ਇਹ ਫੈਸਲ ਮਸਜਿਦ ਕਿੰਨੇ ਬਣਵਾਈ ਸੀ? ਤੇ ਤਾਜ ਮਹਿਲ ਯਾਰ ਆਦੇ ਬਾਈ, ਕਿੰਨੀ ਜਹਾਲਤ ਹੈ। ਕੀ ਲੋਕ ਸੋਚਦੇ ਹੋਣਗੇ ਬਦਲ ਕੌਮੀ ਦੁਨੀਆ ਦੇ ਕਿ ਪਾਕਿਸਤਾਨੀ ਇੰਨੀ ਜਹਲ ਕੌਮ ਹੈ। ਹਾਂਜੀ, ਕੀ ਕਹਿ ਰਹੇ ਹੋ ਭਾਈ ਅਰਸ਼ਦ ਸਾਹਿਬ? ਮੈਂ ਭਾਈ ਬੂਟੇ ਨੂੰ ਪੁੱਛ ਰਿਹਾ ਕਿ ਪਾਕਿਸਤਾਨ ਕਿੰਨੇ ਬਣਾਇਆ ਸੀ? ਭਾ ਬੋਬੀ ਜੀ, ਪਾਕਿਸਤਾਨ ਕਿੰਨੇ ਬਣਾਇਆ ਸੀ? ਬਾਬਾ ਜੀ ਕਰ ਰਿਹਾ ਤੁਮ ਪਹਿਲਾਂ ਕੀ ਕਿਹਾ ਸੀ? ਕਾਫੀ ਜ਼ਿਆਦਾ ਜੀ ਟਾਈਮ ਸਪੈਂਡ ਕੀਤਾ ਫੈਸਲ ਮਸਜਿਦ, ਬਹੁਤ ਜ਼ਿਆਦਾ ਮਜ਼ਾ ਆਇਆ। ਪਿੱਛੇ ਤੁਸੀਂ ਦੇਖਦੇ ਹੋਣੇ ਫੈਸਲ ਮਸਜਿਦ ਦੇ ਨਜ਼ਾਰੇ। ਤੇ ਹੁਣ ਸਾਡੀ ਵਾਪਸੀ ਕਿੱਥੇ ਹੋਣ ਲੱਗੀ ਹੈ ਜੀ? ਸ਼ੱਕਰਪੁਰੀਆਂ, ਉੱਥੇ ਕੀ ਪੜੀਆਂ ਹੁੰਦੀਆਂ? ਘੂੜਾ ਹੁੰਦੀਆਂ, ਤੇ ਬਾਕੀ ਉੱਥੇ ਚੱਲਨੇ ਆ। ਉਹ ਮਲਕ ਤੂੰ ਚਲੀਏ, ਦੱਸ ਜੀ ਸਾਰੇ ਆ ਗਏ ਨੇ ਤੇ ਆ ਜਾਓ ਫਿਰ ਚਲੀਏ। ਲਓ ਜੀ ਸ਼ੱਕਰ ਪੜੀਆਂ, ਹੁਣ ਅਸੀਂ ਆ ਗਏ ਹਾਂ। ਅਬ ਉਹ ਮਲਕ ਸਾਹਿਬ ਓਏ, ਇਹ ਕੀ ਕਰਨ ਡਿਆ ਓਏ? ਇਹ ਜੀ ਮਾਸ਼ਾਅੱਲਾ ਸਾਡਾ ਕਾਫਲਾ ਜਾ ਰਿਹਾ। ਇੱਥੋਂ ਜੀ ਵਿਊ ਨਜ਼ਰ ਆਉਂਦਾ ਸਾਰਾ। ਇਹ ਜੀ ਇੱਥੇ ਆਏ ਸਰ, ਸ਼ੱਕਰਪੁਰੀਆਂ ਦਾ ਨਾਮ ਹੈ। ਅਤੇ ਬਾਕੀ ਇਹ ਵੀ ਦੇਖ ਲਿਆ, ਕੋਈ ਐਡਾ ਖਾਸ ਨਹੀਂ, ਲੇਕਿਨ ਗ੍ਰੀਨਰੀ ਬਹੁਤ ਜ਼ਿਆਦਾ ਸੀ, ਉਚਾਈ ਹੈ ਕਾਫੀ ਜ਼ਿਆਦਾ। ਅਤੇ ਬਾਕੀ ਇਹ ਚੈੱਕ ਕਰ ਲਓ। ਅਤੇ ਹੁਣ ਜਿਹੜੀ ਹੈ ਨਾ ਸਾਡੀ ਵਾਪਸੀ ਹੋਣ ਲੱਗੀ ਹੈ ਵਜ਼ੀਰਾਬਾਦ। ਚਲੋ ਯਾਰ ਆਇਓ ਆਇਓ ਜਲਦੀ, ਬੜੇ ਲੇਟ ਹੋ ਗਿਆ। ਹੁਣ ਖਾਣਾ ਪੀਣਾ ਵੀ ਹੈ, ਡਿਨਰ ਵੀ ਕਰਨਾ ਹੈ, ਅਤੇ ਭੁੱਖ ਲੱਗੀ ਹੈ, ਜਲਦੀ ਬਵੋ, ਡਿਨਰ ਵੀ ਹਜੇ ਕਰਨਾ ਹੈ। ਇਹ ਜੀ ਇੱਥੇ ਚਾਚੂ ਜੀ ਡਿਸਾਈਡ ਕਰਦੇ ਨੇ ਵੀ ਅੱਜ ਇਹਨੂੰ ਕੀ ਖਿਲਾਉਣਾ ਹੈ, ਅਤੇ ਸਾਰੇ ਜੀ ਬਹਿ ਗਏ ਨੇ। ਡਿਨਰ ਕਰ ਲਿਆ, ਹੁਣ ਸਾਡੀ ਹੋ ਗਈ ਹੈ ਜੀ ਵਾਪਸੀ ਵਜ਼ੀਰਾਬਾਦ। ਚਲੋ ਉੱਠੋ ਯਾਰ, ਜ਼ਰਾ ਰੈਸਟ ਕਰੀਏ। ਇਹ ਪੈਟਰੋਲ ਪੰਪ ਆਇਆ ਤੇ ਪਾਣੀ ਸ਼ਾਣੀ ਪੀ ਲਈਏ, ਉੱਠੋ ਜ਼ਰਾ ਜਲਦੀ। ਨਹੀਂ ਨਹੀਂ ਭਾਈ, ਆਵਾਜ਼ ਹੀ ਨਹੀਂ ਆਈ। ਬੋਲੀ ਐਸ਼ੀ ਮਲਕ ਸਾਹਿਬ, ਕੀ ਹੋ ਰਿਹਾ? ਤੂੰ ਵੀ ਭੈੜਾ ਭਾਈ, ਪਤਾ ਹੈ ਠੀਕ ਹੈ ਜੀ ਸਾਰੇ ਭਾਈਆਂ ਨੂੰ ਸਲਾਮ ਅਲੈਕੁਮ। ਲੋ ਜੀ ਆਹ ਹੱਲਾ ਛਾੜ ਲਈ। ਸਾਰੇ ਗਏ ਹਾਂ ਸੈਰੋ ਤਫਰੀ ਦੇ, ਮਾਸ਼ਾਅੱਲਾ ਹੁਣ ਵਾਪਸੀ ਹੋ ਗਈ ਹੈ। ਤੇ ਖੂਬ ਇੰਜੋਏ ਕੀਤਾ, ਨਾਲ ਅਲੀ ਹਸਨ ਵੀ ਖੂਬ ਇੰਜੋਏ ਕੀਤਾ। ਠੀਕ ਹੈ, ਅਗਰ ਤੁਹਾਨੂੰ ਮਜ਼ਾ ਆਇਆ ਤੇ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਨਾ, ਠੀਕ ਹੈ।